ਹੈਲੋ ਦੋਸਤੋ ਮਾਸਰ ਸ੍ਰਸਤੀ ਅਕੈਡਮੀ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਅਪਡੇਟਸ ਨੇ ਤੇ ਕੀ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਜਿਹੜੀਆਂ ਮੀਟਿੰਗ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਅਗਰ ਤੁਸੀਂ ਮਾਸਟਰ ਕੈਡਰ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਟੀਚਿੰਗ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਚੈਨਲ ਦੇ ਨਾਲ ਜ਼ਰੂਰ ਜੁੜੇ ਰਹੋ ਕਿਉਂਕਿ ਇਸ ਚੈਨਲ ਦੇ ਉੱਪਰ ਜਿੰਨੇ ਵੀ ਟੀਚਿੰਗ ਐਗਜ਼ਾਮ ਹੁੰਦੇ ਨੇ ਜਿਵੇਂ ਕਿ ਮਾਸਟਰ ਕੈਡਰ, ਐਟਟੀ ਕੈਟਰ, ਐਨਡੀਟੀ ਦਾ ਪੀਟੈਟ ਦਾ ਸੀਟੈਟ ਜਾਂ ਐਚਟੈਟ ਆਰਟੈਟ ਐਨਵੀਐਸ ਕੇਵੀਐਸ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਟੀਚਿੰਗ ਦੇ ਰਿਲੇਟਡ ਸਾਰਿਆਂ ਦੀ ਅਪਡੇਟ ਆਪਾਂ ਜਿੰਨੇ ਕੀ ਪੋਸੀਬਲ ਹੋ ਸਕੇ ਹੋ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਨੇ ਹੁੰਨੇ ਆ ਤਾਂ ਜਿਹੜੇ ਇਸ ਚੈਨਲ ਤੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫਰਦਰ ਜਿਹੜੀ ਅੱਗੇ ਕੋਈ ਹੋਰ ਅਪਡੇਟ ਹੋਵੇਗੀ ਮਾਸਟਰ ਕੈਡਰ ਬਾਰੇ ਜਾਂ ਆਈਟੀਟੀ ਕੈਡਰ ਬਾਰੇ ਤਾਂ ਜਿਹੜੀ ਵੀ ਜਾਣਕਾਰੀ ਸਾਨੂੰ ਮਿਲਦੀ ਆ ਉਹ ਤੁਹਾਡੇ ਨਾਲ ਹੀ ਅਸੀਂ ਸਾਂਝੀ ਕਰਦੇ ਆ ਤਾਂ ਹੁਣ ਗੱਲ ਕਰਦੇ ਆ ਜਿਹੜੀ ਕੱਲ ਦੇ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਕੀ ਗੱਲਾਂ ਜੜੀਆਂ ਨੇ ਸਮਣੇ ਆਇਆ ਨੇ ਤੇ ਐਗਜ਼ਾਮ ਡੇਟ ਬਾਰੇ ਕੀ ਕਿਹਾ ਨੰਬਰ ਆਵੋ ਵੈਕੈਂਸੀ ਵਧਾਉਣ ਵਾਲੇ ਉਹਨਾਂ ਨੇ ਕੀ ਕਿਹਾ ਤਾਂ ਗੱਲ ਕਰ ਲੈਨੇ ਆ ਐਗਜ਼ਾਮ ਡੇਟ ਬਾਰੇ ਤਾਂ ਐਗਜ਼ਾਮ ਡੇਟ ਬਾਰੇ ਉਹਨਾਂ ਨੇ ਇਹ ਹੀ ਗੱਲ ਕਹੀ ਹੈ ਕੋਈ ਖਾਸ ਗੱਲ ਉਹਨਾਂ ਬੋਰਡ ਦੁਆਰਾ ਜਾਂ ਸਰਕਾਰ ਦੁਆਰਾ ਨਹੀਂ ਕੀਤੀ ਜਾ ਰਹੀ ਹੈ ਸਿਰਫ ਇਹ ਕਿਹਾ ਗਿਆ ਹੈ ਕਿ ਜਿਹੜਾ ਐਗਜ਼ਾਮ ਹੋ ਉਹ ਜਲਦ ਲੈ ਲਿਆ ਜਾਵੇਗਾ ਜਲਦੀ ਐਗਜ਼ਾਮ ਦੀ ਜਿਹੜੀ ਤਾਰੀਖ ਹੈ ਉਹ ਜਲਦੀ ਅਨਾਉਂਸ ਕਰ ਦਿੱਤੀ ਜਾਵੇਗੀ ਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਉਹ ਐਗਜ਼ਾਮ ਤੁਹਾਡਾ ਹੈ ਜਿਹੜਾ ਲੈ ਲਿਆ ਜਾਵੇਗਾ ਪਰ ਉੱਥੇ ਹੀ ਆਪਾਂ ਗੱਲ ਕਰਦੇ ਹਾਂ ਕਿ ਨੰਬਰ ਆਫ ਵੈਕੈਂਸੀ ਵਧਾਉਣ ਦੀ ਗੱਲ ਵੀ ਉਹਨਾਂ ਨੇ ਰੱਖੀ ਸੀ ਯੂਨੀਅਨ ਨੇ ਪਰ ਸਰਕਾਰ ਵੱਲੋਂ ਇਹ ਗੱਲ ਜਿਹੜੀ ਹੈ ਇਹਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਕਿ ਵੈਕੈਂਸੀ ਵਧਾਵਾਂਗੇ ਜਾਂ ਕੋਈ ਭਰੋਸਾ ਨਹੀਂ ਦਿੱਤਾ ਗਿਆ ਇਹ ਵੈਕੈਂਸੀ ਵਧਣ ਦੀ ਤਾਂ ਗੱਲ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਰਕਾਰ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਵੈਕੈਂਸੀ ਵਧਣੀ ਹੈ ਜਾਂ ਨਹੀਂ ਵਧਣੀ ਹੈ ਤਾਂ ਐਗਜ਼ਾਮ ਡੇਟ ਬਾਰੇ ਉਹਨਾਂ ਨੇ ਕੱਲ ਦੀ ਮੀਟਿੰਗ ਦੇ ਵਿੱਚ ਜ਼ਰੂਰ ਕਿਹਾ ਸੀ ਕਿ ਐਗਜ਼ਾਮ ਜਿਹੜਾ ਹੈ ਉਹ ਜਲਦੀ ਕੰਡਕਟ ਕਰਵਾਇਆ ਜਾਵੇਗਾ ਤਾਂ ਜਿਹੜੇ ਬੱਚੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ ਉਹ ਆਪ ਦੀ ਤਿਆਰੀ ਨੂੰ ਕੰਟੀਨਿਊ ਰੱਖ ਸਕਦੇ ਨੇ ਕਿਉਂਕਿ ਐਗਜ਼ਾਮ ਜਿਹੜਾ ਹੈ ਉਹ ਆਉਣ ਵਾਲੇ ਮਹੀਨੇ 40 ਦਿਨਾਂ ਦੇ ਵਿੱਚ ਐਗਜ਼ਾਮ ਹੋਣ ਦੇ ਚਾਂਸ ਨੇ ਜੇ ਆਉਣ ਵਾਲੇ ਮਹੀਨੇ 40 ਦਿਨਾਂ ਦੇ ਵਿੱਚ ਅਗਰ ਐਗਜ਼ਾਮ ਹੁੰਦਾ ਹੈ ਤਾਂ ਜਿਹੜੀ ਐਗਜ਼ਾਮ ਡੇਟ ਹੈ ਉਹ ਜਲਦੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਜਾਵੇਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਅਵੈਨਾਸਟ